ਨਾਰੇ ਤਕਬੀਰ, ਥੋੜ੍ਹਾ ਜਿਹਾ ਆਵਾਜ਼ ਖੋਲੋ ਉਸ 'ਤੇ। ਨਾਰੇ ਤਕਬੀਰ, ਇਵੇਂ ਨਹੀਂ। ਖਾਲਿਕ ਦਾ ਨਾਮ ਬਹੁਤ ਬੁਲੰਦ ਹੈ ਔਰ ਇਸ ਤਕਬੀਰ ਦੀ ਬੁਲੰਦੀ ਵਾਸਤੇ ਹੁਸੈਨ ਬਾਦਸ਼ਾਹ ਨੇ ਕੁਰਬਾਨੀਆਂ ਕਰਬਲਾ ਦਿੱਤੀਆਂ। ਇਸ ਤਕਬੀਰ ਨੂੰ ਮੁਲਤਾਨ ਵਾਲਿਓ ਇਤਨਾ ਬੁਲੰਦ ਕਰੋ, ਕਾਇਨਾਤ ਨੂੰ ਪਤਾ ਲੱਗ ਜਾਏ ਕਿ ਸ਼ੀਆਂ ਜਿਹੜਾ ਤੌਹੀਦ ਪ੍ਰਸਤ ਅੱਲਾ ਦੀ ਆਲਮੀਨ 'ਚ ਦੂਜਾ ਆਏ ਹੀ ਕੋਈ ਨਹੀਂ। ਦੋਵੇਂ ਹੱਥ ਚਾ ਕੇ ਨਾਰੇ ਤਕਬੀਰ, ਨਾਰੇ ਰਿਸਾਲਤ, ਨਾਰੇ ਹੈਦਰੀ, ਹੁਸੈਨੀਅਤ, ਹੁਸੈਨੀਅਤ, ਯਜ਼ੀਦੀਅਤ, ਯਜ਼ੀਦੀਅਤ, ਅਹਿਲੇ ਬੈਤ ਦੇ ਦੁਸ਼ਮਣਾਂ 'ਤੇ ਲਾਨਤ, ਮੁਹੰਮਦ ਵ ਆਲੇ ਮੁਹੰਮਦ ਦੀ ਜ਼ਾਤ 'ਤੇ ਬੁਲੰਦਰ ਸਲਵਾਤ। ਬਿਸਮਿਲਲਾਹਿ ਰਹਿਮਾਨਿ ਰਹੀਮ। ਪਾਕ ਮਖਦੂਮਾ ਤੁਹਾਡਾ ਟੁਰ ਆਇਆ ਕਬੂਲ ਔਰ ਮਨਜ਼ੂਰ ਫਰਮਾਵੇ। ਬਾਦਸ਼ਾਹ ਜ਼ਾਦੀ ਕੋਈ ਗਮ ਨਾ ਵੀ ਖਾਣ, ਸਹਿਬਾਏ ਗਮੇ ਹੁਸੈਨ ਬਾਦਸ਼ਾਹ ਦੇ। ਮੇਰਾ ਆਕਾ, ਮੇਰਾ ਮੌਲਾ, ਜਿਹੜੇ ਜਿਹੜੇ ਆਪਣੇ ਘਰਾਂ ਦੇ ਆਰਾਮ ਸਕੂਨ ਛੋੜ ਕੇ ਤੁਹਾਡੇ ਪਾਕ ਜ਼ਿਕਰ 'ਚ ਆਏ ਬੈਠੇ ਹਨ, ਮੇਰਾ ਮੌਲਾ ਤੁਹਾਡੇ ਦਿਲਾਂ ਦੇ ਨੇਕ ਹਾਜਾਤ ਆਪਣੀ ਬਾਰਗਾਹ 'ਚ ਕਬੂਲ ਔਰ ਮਨਜ਼ੂਰ ਫਰਮਾਵੇ। ਮੇਰਾ ਮੌਲਾ ਸਾਡੇ ਅਮਲ ਦੀ ਵਜ੍ਹਾ ਨਾਲ ਨਹੀਂ, ਆਪਣੇ ਫਜ਼ਲ ਔਰ ਕਰਮ ਦੀ ਵਜ੍ਹਾ ਨਾਲ ਬਾਰਵੇਂ ਬਾਦਸ਼ਾਹ ਦਾ ਜ਼ਹੂਰ ਫਰਮਾਵੀਂ। ਸਾਦਾਤ ਗੈਰ ਸਾਦਾਤ ਮੇਰੇ ਮਾਤਮੀ ਫੇਰਾ ਬਜ਼ੁਰਗ, ਇਜਾਜ਼ਤ ਹੈ ਮੈਂ ਨੌਕਰੀ ਸ਼ੁਰੂ ਕਰਾਂ। ਤੁਹਾਡੀ ਜ਼ਿੰਦਗੀ ਦਰਾਜ਼ ਹੋਵੇ, ਵੇਖੇ ਮੇਰੇ ਪਾਸੇ, ਥੋੜ੍ਹਾ ਜਿਹਾ ਪਤਲਾ, ਪਹਿਲੇ ਸਹੀ ਚੱਲ ਰਿਹਾ ਜੀ, ਬਿਲਕੁਲ ਸਹੀ ਚੱਲ ਰਿਹਾ, ਬੇਸ ਜ਼ਿਆਦਾ। ਅੱਛਾ ਤਵੱਜੋ ਕਰੇ ਮੇਰੇ ਪਾਸੇ, ਆ ਠੀਕ ਹੈ, ਹੁਸੈਨ ਤੁਹਾਨੂੰ ਵਸਦਾ ਰੱਖੇ। ਮੇਰੀ ਨੌਕਰੀ ਦਾ ਆਗਾਜ਼ 6ਵੇਂ ਇਮਾਮ ਦੇ ਫਰਮਾਨ ਤੋਂ, ਇਮਾਮ ਜਾਫਰ ਸਾਦਿਕ ਅਲੈਹਿ ਸਲਾਮ। ਮੌਲਾ ਪੇ ਫਰਮੈਂਦੇ ਨੇ ਕਿ ਜ਼ਿੰਦਗੀ ਮੇਂ ਇੱਕ ਦਫਾ, ਜ਼ਿੰਦਗੀ ਮੇਂ ਇੱਕ ਦਫਾ ਮੇਰੇ ਦਾਦੇ ਹੁਸੈਨ ਕੀ ਕਰਬਲਾ ਮੇਂ ਜ਼ਿਆਰਤ ਜ਼ਰੂਰ ਕਰੋ, ਇਸ ਲੀਏ ਤਾਂ ਕਿ ਜੰਨਤ ਕੇ ਰਾਸਤੋਂ ਸੇ ਵਾਕਿਫ ਹੋ ਸਕੋ। ਔਰ ਮੈਂ ਬਿਸਮਿਲਲਾ ਕਰਾਂ, ਇਹ ਹੱਥ ਕਿਸੇ ਦੇ ਮੁਹਤਾਜ ਨਾ ਹੋ। ਇਵੇਂ ਨਹੀਂ ਇੱਕ ਦਫਾ ਦੋਵੇਂ ਹੱਥ ਆ ਕੇ ਹੈਦਰੀ, ਹੁਸੈਨ ਤੁਹਾਨੂੰ ਇਸ ਤਰ੍ਹਾਂ ਦੇਵੇ, ਅਲੀ ਤੁਹਾਨੂੰ ਸਲਾਮਤ ਰੱਖੇ, ਵਸਦੇ ਰਹੋ। ਮੈਂ ਭਾਈ ਨੇ ਹੁਕਮ ਦਿੱਤਾ ਹੈ, ਵਸੀਮ ਅਬਾਸ ਨੇ, ਮੌਲਾ ਜ਼ਿੰਦਗੀ ਦਰਾਜ਼ ਕਰੇ, ਮੈਂ ਹਾਜ਼ਰ ਹੋ ਗਿਆ। ਬੜਾ ਲੰਬਾ ਸਫ਼ਰ ਕਰਕੇ ਆਇਆ ਅਤੇ ਤੁਸੀਂ ਥੋੜ੍ਹਾ ਥੋੜ੍ਹਾ ਮੇਰੇ ਨਾਲ ਬੋਲਣਾ ਹੈ ਅਤੇ ਮੈਂ ਲਾਹੌਰ ਦਾ ਬੰਦਾ ਅਤੇ ਮੈਂ ਤੁਹਾਨੂੰ ਲਾਹੌਰੀ ਸਟਾਈਲ 'ਚ ਕਸੀਦੇ ਸੁਣਾਉਣੇ ਅਤੇ ਮੈਂ ਹੇ ਤਾਂ ਜ਼ਿਕਰ ਬਾਬਾ, ਜ਼ਿਕਰ ਹੈ ਹੁਸੈਨ ਬਾਦਸ਼ਾਹ ਦਾ, ਚਾਹੇ ਜਿਵੇਂ ਹੀ ਹੋਵੇ, ਸਾਈਆਂ ਦਾ ਜ਼ਿਕਰ ਸੋਹਣਾ ਹੈ। ਤਵੱਜੋ ਕਰੇ, ਮੈਂ ਪਿਆ ਤਾਂ ਉਮਤ ਮੇ ਸਭ ਸੇ ਪਹਿਲੀ ਅਜ਼ਾਦਾਰ ਹੈ ਫਿਜ਼ਾ। ਮੈਂ ਬਿਸਮਿਲਲਾ ਕਰਾਂ ਯਾਰ, ਤੁਹਾਡੇ ਕਿਆ ਕਹਿਣ, ਹੁਸੈਨ ਤੁਹਾਨੂੰ ਵਸਦਾ ਰੱਖੇ। ਉਮਤ ਮੇ ਸਭ ਸੇ ਪਹਿਲੀ ਅਜ਼ਾਦਾਰ ਹੈ ਫਿਜ਼ਾ, ਤਕਮੀਲ ਹੁਕਮ ਆਲ ਕਾ ਮਿਆਰ ਹੈ ਫਿਜ਼ਾ। ਮੈਂ ਬਿਸਮਿਲਲਾ ਕਰਾਂ, ਉਮਤ ਮੇ ਸਭ ਸੇ ਪਹਿਲੀ ਅਜ਼ਾਦਾਰ ਹੈ ਫਿਜ਼ਾ, ਤਕਮੀਲ ਹੁਕਮ ਆਲ ਕਾ ਮਿਆਰ ਹੈ ਫਿਜ਼ਾ, ਆਲਮ ਕੀ ਕੁਲ ਵਫਾਓਂ ਕਾ ਮਰਕਜ਼ ਹੈ ਖੁਦ ਅੱਬਾਸ, ਅੱਬਾਸ ਕਹਿ ਰਹੇ ਹੈ ਵਫਾਦਾਰ ਹੈ ਫਿਜ਼ਾ। ਓ ਜੀ ਓ ਯਾਰ, ਤੁਹਾਡੀ ਜ਼ਿੰਦਗੀ ਦਾ ਆਇਲੀ ਆਇਲੀ, ਇਵੇਂ ਨਹੀਂ ਯਾਰ, ਤੁਸੀਂ ਕਾਫੀ ਸਾਰੇ ਹਜ਼ਰਾਤ ਤਸ਼ਰੀਫ ਫਰਮਾਓ, ਦੋਵੇਂ ਹੱਥ ਆ ਕੇ ਪੂਰੀ ਤਾਕਤ ਨਾਲ ਹੈਦਰੀ, ਹੀ ਆਇਲੀ ਆਇਲੀ। ਚਲੋ ਮੈਂ ਚਾਰ ਸਤਨਾ ਹੋਰ ਤੁਹਾਨੂੰ ਮਜ਼ੀਦ ਸੁਣਾਵਾਂ, ਤਵੱਜੋ ਕਰਿਆ। ਮੈਂ ਬਿਆਦਾ ਮੈਂ ਦੀਨ ਪੜ੍ਹਤਾ ਹੂੰ, ਮੈਂ ਆਪਣਾ ਈਮਾਨ ਪੜ੍ਹਤਾ ਹੂੰ, ਮੈਂ ਦੀਨ ਪੜ੍ਹਤਾ ਹੂੰ, ਮੈਂ ਆਪਣਾ ਈਮਾਨ ਪੜ੍ਹਤਾ ਹੂੰ, ਮੈਂ ਆਪਣੇ ਮੌਲਾ ਮੁਹੰਮਦ ਕੀ ਸ਼ਾਨ ਪੜ੍ਹਤਾ। ਯਾਰ ਤੁਹਾਡੀ ਜ਼ਿੰਦਗੀ ਦਰਾ। ਅੱਛਾ ਮੈਂ ਨਾ ਮੁਲਤਾਨ ਵਾਲੇ ਮਜਲਿਸ ਜ਼ਿਆਦਾ ਰਾਨਾ, ਜਿਹਦਾ ਹੁਸੈਨ ਨਾਲ ਤਾਲੁਕ ਹੈ ਉਹਦਾ ਹੱਥ ਔਰ ਜ਼ਬਾਨ ਗਵਾਹੀ ਦੇਵੇ, ਜਿਹਦਾ ਕੋਈ ਤਾਲੁਕ ਨਹੀਂ ਬੇਸ਼ੱਕ ਉਹ ਨਾ ਬੋਲੇ, ਨਾ ਉਹਦੇ ਬੋਲਣ ਦੀ ਇਮਾਮ ਨੂੰ ਕੋਈ ਜ਼ਰੂਰਤ ਹੈ। ਮੈਂ ਬਿਸਮਿਲਲਾ ਕਰਾਂ, ਹਰ ਜ਼ਬਾਨ ਦਾ ਨਸੀਬ ਨਹੀਂ ਅਲੀ ਦੇ ਜ਼ਿਕਰ 'ਚ ਬੋਲੇ, ਕਿਉਂ
کیونکہ یا الہی کہنے کی توفیق خدا دیتا ہے۔ ہائے ہائے، میں بسم اللہ کر رہا ہوں، میں دین پڑھتا ہوں، میں اپنا ایمان پڑھتا ہوں۔ لو میں چوتھی سطر پڑھن لگا تو میں داد کھو لینی ہے، زید والے نال گل نہیں، کیونکہ زید والے رسول اللہ نو نہیں منیا۔ میری گل ملتان والے وہ جی ایتھے علی وسدا ہے۔ میں پیا تھا، میں اپنا دین پڑھتا ہوں، میں اپنا ایمان پڑھتا ہوں، میں اپنے مولا محمد کی شان پڑھتا ہوں، اور میری زباں پہ آتا ہے جب بھی نام علی، میں ایک سانس میں پورا قرآن پڑھتا ہوں۔ حسین سلامت، حسین مزدر، اجازت ہوئے تو تھوڑا جا قرآن سنا ہوا۔ ایک دفعہ سلوات انج پڑھو جی میں شیعہ مومن پڑھ دے۔ اعوذ باللہ من الشیطان اللیم الرجیم الرجيم بسم الله برائدن بیٹھے یار بسم الله الرحمن الرحیم مل کے سونی صلوات الف لام تلک آیات الکتاب وقرآن مبین۔ او میں بسم اللہ کر رہا ہوں یار، او میں بسم اللہ کر رہا ہوں، گھبرائی تو نہیں بیٹھے۔ ربما یعید الذین کفروا لو کانوا مسلمین۔ جیویں سونا نبی دا نام ہے، جیویں سونا علی دا نام ہے، ایویں سونی سونی سلوات۔ ذرہم یاقلوا ویتمتعوا ویلہم العمل فسوف یعلمون۔ وما خلقنا من قرية إلا ولها كتاب معلوم ما تسبق من أمة أجلها وما يستأخرون۔ وقالوا يا أيها الذي نزل عليه مجنون لو ما تاتينا بالملائكة إن كنت من الصادقين۔ جیویں اللہ دا قرآن سونا ہے، ایویں سونی سونی سلوات۔ چلو تھوڑی جی نکی دراز میرے پاس ویکھیا ہے ملتان والے، پڑھنا میں قرآن ہی ہے، بس کدی ناتک پڑھنا ہے، کدی سامت پڑھنا۔ ہائے ہائے ہائے، میں بسم اللہ کر رہا ہوں، میں بسم اللہ کر رہا ہوں۔ زندگی دراز بزرگ جی، وہ بزرگ جی، وہ تھوڑی جی نکی دراز ہوئے ویکھیا میرے پاس سامت دیاں آیتاں سنیاں سنیاں جے جے اجازت ہووے تے چند آیتاں ناطق دیاں ہی سنا دیوں۔ آدھا پیاں ہر دور، ہر ہر دور میں کوشش تو بہت کی گئی، لیکن ہر دور میں آدھا پیاں ہر دور
چوتھی لائن تک میرے نال سفر کریا ہے، میں داد کھو لینی ہے بھائی جان، بس دے رہو آدا پیا ہر دور میں، کوشش تو بہت کی گئی لیکن کیا، ارے کوزے کے مقدر میں سمندر نہیں آیا، کوزے کوزے کے مقدر میں سمندر نہیں آیا، آدھا پیا یہ دنیا یہ دنیا کیا سمجھ پائے گی میرے مولا علی کو، ارے دنیا کی سمجھ میں تو قلندر نہیں آیا، حسین ملتان والے جی کی تھوڑی دراز ہو، اچھا ایک حیرت مینو یہ ہوئی ہے، یہ چٹیاں داڑیاں والے اٹھ اٹھ نعرہ مار دین، یہ پتہ کیوں مار دین، کیونکہ علی کا ماننے والا طوفان ہوتا ہے، ہائے 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 تھوڑی زندگی دراز طوفان سمجھ دو نا کہ نو آ دین جڑا ہر شے مروڑ مراڑ کے گھن بنج، اونوں علی کا ماننے والا طوفان ہوتا ہے کیوں کہ اس کے پاس ولا کا سامان ہوتا ہے، اور حبیب حبیب ابن مظاہر سے پوچھ لو جا کے، علی کے نام سے بوڑھا جوان ہوتا ہے، میں بسم اللہ کہوں تھوڑی جی نہیں کی طرح، حسین تو نمازدار علی سخیستان دے، اچھا ویکھ کے میرے پاس قصیدہ، سب تو پہلے حسین بادشاہ دا، پھر جی میں تھوڑا موڈ ہویا میں بات اوویں اگے پڑھ سا، توجہ میرے پاس کرے جناب مس سمیت تمار، حرامی آکھے علی علی کرنا نہیں چھوڑنا، میسما کیا ہو ہی نہیں سکتا، اس آخیا بات تین چڑھائیے سولی تے، جڑے پریشان ہو گئے دسو میسم پریشان ہو گئے، نہیں مسکرائے کمینا ویکھ کے آدھا اسا آدھے تین سولی تے چڑھا دینا تو مسکرانا ہے، وجہ اس ویلے میسم ایویں جلال آئے چہرے تے ویکھ کے فرمیندے اسا مرنا حسین تو سکھے آئے، آئے ہائے ہائے تھوڑی زندگی دراز ہو، اسا مرنا حسین تو سکھ آئے، زندگی علی دی جیونا سکھا گئیے، تے موت شیاں کو جدائی جتھے آئی لکھاں زندگیاں دے اتے چھا گئیے، تے می سماد نے مسکرایا اس واسطیاں کہ خوشبو پاک ولایت دے جلویاں دی پچھلی زندگی دا مزہ بھلا گئیے، اچھا توجہ کرے میں بسم اللہ آؤ بھائی جان مدثر بھائی زندگی دراز، میں بسم اللہ کہوں کی حال ہے ٹھیک ہو دعا، میں بسم اللہ تھوڑی زندگی دراز، میں تھوڑے برا دے انتظار وچ روک گیا، توجہ کرے میسم پہ آ دین اسا مرنا حسین تو سکھے آئے، بولتا نہیں گئے یار، میں بسم اللہ کراں اسا مرنا حسین تو سکھے آئے، زندگی علی دی جیونا سکھا گئیے، تے موت شیاں کو جدائیں جتھے آئی لکھاں زندگیاں دے اتے چھا گئیے، تے خوشبو پاک ولایت دے جلوے آندی پچھلی زندگی دا مزہ بھلا گئیے، تے کھڑن واسطے جنت وچ نال مینوں او جوڑی بطول دی آ گئی، او یار تڑی زندگی دا سلامت سلامت رو، یاد کسے دے موتا اے میں نے جنہاں دے دلاں جو حسین وزدہ دو میں حد چاہ کے حیدری ہی آئے لی وزدہ رو سلامت رو، انہاں کیا میسم اے سولی جڑے لے چڑھنا نا اگلے جہان پہنچیا تو پتہ لگ سی، میسم آکے رولے کوئی نہیں،
ਉਹਨਾਂ ਕਿਹਾ ਕਿਵੇਂ? ਮਿਸਮ ਕਿਹਾ ਆਓ ਦੱਸਾਂ। ਹਾਂ ਦੋ ਜਹਾਂ ਕਾ ਹੁਸੈਨ ਵਾਰਿਸ ਹੈ। ਹਾਏ ਹਾਏ ਜੀ ਬਿਸਮਿਲ੍ਲਾ। ਹਾਥ ਇਮਾਮ ਜ਼ਮਾਨਾ ਦੇ ਕਦਮਾਂ ਨਾਲ ਮਾਸ ਹੋਣ ਯਾਰ। ਵਸਦੇ ਰਹੋ ਮੇਰੇ ਪਾਸੇ ਵੇਖੇ ਪੂਰੀ ਤਵੱਜੋ ਦੇ ਨਾਲ। ਹਾਂ ਦੋ ਜਹਾਂ ਕਾ ਹੁਸੈਨ ਵਾਰਿਸ ਹੈ। ਹੁਸੈਨ ਵਾਰਿਸ ਹੈ ਦੋ ਜਹਾਂ ਕਾ। ਹੁਸੈਨ ਵਾਰਿਸ ਹੈ ਦੋ ਜਹਾਂ ਕਾ। ਹੁਸੈਨ ਵੇਖੇ ਵਾਰਿਸ ਹੈ ਹਾਂ ਦੋ ਜਹਾਂ ਕਾ। ਹੁਸੈਨ ਅਜ਼ਲ ਤੋਂ ਲੈ ਕੇ ਅਖੀਰ ਤੀਕਰ ਤਮਾਮ ਦੁਨੀਆ ਦੀ ਲੈਨ ਹੇਕੇ। ਅਜ਼ਲ ਤੋਂ ਲੈ ਕੇ ਮੁਦੱਸਰ ਬਈ ਤਵੱਜੋ ਕਰੇ ਅਖੀਰ ਤੀਕਰ। ਅਜ਼ਲ ਤੋਂ ਲੈ ਕੇ ਅਖੀਰ ਤੀਕਰ ਤਮਾਮ ਦੁਨੀਆ ਦੀ ਲੈਨ ਯਾਰ ਬੋਲੋ ਤੁਸੀਂ ਹੇਕੇ। ਦਰੂਦ ਹੇਕੇ ਸਕੂਨ ਹੇਕੇ ਤੇ ਰੰਜੋ ਰਾਹਤ ਤੇ ਚੈਨ ਹੇਕੇ। ਅਲੀ ਦੇ ਇਸਮੇ ਗਰਾਮੀ ਅੰਦਰ ਅਲੀ 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 ਦੇ ਇਸਮੇ ਗਰਾਮੀ ਅੰਦਰ ਜੇ ਨਜ਼ਰ ਮਾਰੋ ਤੇ ਐਨ ਹੇਕੇ। ਨਬੀ ਹਜ਼ਾਰਾਂ ਇਮਾਮ ਬਾਰਾਂ ਯਜ਼ੀਦ ਢੇਰਨ ਹੁਸੈਨ ਫੜੀ ਜ਼ਿੰਦਗੀ ਦਰਾਜ ਹੁਸੈਨ ਵਾਸ ਮੈਂ ਬਿਸਮਿਲ੍ਲਾ। ਹੁਸੈਨ ਤੁਹਾਨੂੰ ਸਲਾਮਤ ਰੱਖੇ। ਵਸਰੋ ਮੇਰੇ ਪਾਸੇ ਵੇਖੇ ਪੂਰੀ ਤਵੱਜੋ ਦੇ ਨਾਲ। ਹਾਂ ਦੋ ਜਹਾਂ ਕਾ ਹੁਸੈਨ ਵਾਰਿਸ ਹੈ। ਹਾਂ ਦੋ ਜਹਾਂ ਉਹਨਾਂ ਕਿਹਾ ਮਿਸਮ ਤੇਰੀ ਜ਼ਬਾਨ ਕੱਪ ਦੇ ਵੀ ਏ। ਮਿਸਮ ਆਖਿਆ ਕੋਈ ਰੋਲਾ ਨਹੀਂ ਕਿਉਂ? ਆਓ ਤੁਹਾਨੂੰ ਦੱਸਾਂ। ਹਾਂ ਹੁਸੈਨ ਵਾਰਿਸ ਹੈ ਜੋ ਜ਼ੁਬਾਂ ਜ਼ਿਕਰ ਰਸਾ ਮੇਂ ਬੋਲੇ। ਹਾਂ ਉਸ ਜ਼ੁਬਾਂ ਕਾ ਹੁਸੈਨ ਵਾਰਿਸ ਹੈ। ਹੁਸੈਨ ਇਸ ਤਾਂ ਦੇਵੇ ਮੇਰੇ ਪਾਸੇ ਵੇਖਿਆ ਏ ਇੱਕ ਬੰਦੇ ਮੈਨੂੰ ਆਖਿਆ ਕਦੀਰ ਰਜ਼ਾ ਗੌਰੀ ਮੈਨੂੰ ਇੱਕ ਗੱਲ ਦਾ ਜਵਾਬ ਦੇ। ਮੈਂ ਆਖਿਆ ਪੁੱਛ। ਅੱਜ ਤੁਸੀਂ ਸ਼ੀਆ ਤੁਹਾਡਾ ਦਿਹਾਤ ਹੋਵੇ ਪਿੰਡ ਹੋਵੇ ਡੇਰਾ ਹੋਵੇ ਸ਼ਹਿਰ ਹੋਵੇ ਮਕਾਨ ਹੋਵੇ ਕੋਠੀ ਹੋਵੇ ਦੁਕਾਨ ਹੋਵੇ ਇਹ ਦੱਸ ਉੱਤੇ ਅਲਮ ਕਿਉਂ ਲਾ ਦਿੰਦੇ? ਆਏ ਹਾਏ ਹਾਏ ਇਹ ਅਲਮ ਕਿਉਂ ਉੱਤੇ ਵਜ੍ਹਾ ਕਿਆ ਹੈ? ਇਹ ਅਲਮ ਲਾਉਣ ਦਾ ਰੀਜ਼ਨ ਕਿਆ ਹੈ? ਮੈਂ ਕਿਹਾ ਆਹ ਮੈਂ ਤੈਨੂੰ ਦੱਸਾਂ ਜਿਨ੍ਹਾਂ ਘਰਾਂ 'ਤੇ ਅਲਮ ਲੱਗਿਆ ਹੋਇਆ ਏ ਆਹ ਮੈਂ ਤੈਨੂੰ ਦੱਸਾਂ ਅਲਮ ਲਾਉਣ ਦੀ ਵਜ੍ਹਾ ਕਿਆ ਹੈ ਰੀਜ਼ਨ ਕਿਆ ਹੈ? ਪੂਰੀ ਤਵੱਜੋ ਦੇ ਨਾਲ ਬਾਤ ਦੇ ਨਹੀਂ ਜਿਸ ਮਕਾਂ ਪੇ ਆਲਮ ਹੋਗਾ ਜੇ ਕਾ। ਹਾਂ ਉਸ ਮਕਾਂ ਕਾ ਹੁਸੈਨ ਵਾਰਿਸ ਹੈ। ਹਾਏ ਹਾਏ ਮੇਰਾ ਮੌਲਾ ਹੱਥ ਕਿਸੇ ਦੇ ਮੁਹਤਾਜ ਨਾ ਹੋਵਣ। ਮੈਂ ਬਿਸਮਿਲ੍ਲਾ ਕਰ ਮੈਂ ਬਿਸਮਿਲ੍ਲਾ ਜਿਵੇਂ ਮੁਸੀਬਤ ਜ਼ਿੰਦਗੀ ਦਰਾਜ਼ ਹੋਵੇ। ਵਸਦੇ ਰਹੋ ਸਲਾਮਤ ਰਹੋ ਯਾਰ। ਬੜੀ ਮਕਬੂਲ ਮਜਲਿਸ ਏ ਬੜੇ ਅਕੀਦਤ ਨਾਲ ਸੁਣਦੇ ਪਏ ਹੋ ਤੇ ਏਡੀ ਅਕੀਦਤ ਨਾਲ ਮੈਂ ਤੁਹਾਨੂੰ ਅਗਲਾ ਸ਼ੇਰ ਸੁਣਾਵਾਂ।
सर चक वेख्या है लोग आ देन दुनिया लिया देन वर्ल्ड लिया देन जन्नत मां दे पैरां दे थले यार आ देन या नहीं आ देना मां दे पैरां थले जन्नत ओ मुल्तान वाले हर मां दे पैरां थले जन्नत नहीं हां करो सवाल पुछो कदीर रजा गोरी वो केड़िया मावा हिल जिन्हां दे पैरां थले जन्नत है आओ मैं तुहाड़ी तरफों ते अपनी तरफों लाइना पढ़ा पूरी तवज्जो दे नाल मेरी जन्नत है मां के पांव में मेरी जन्नत है मां के पांव में जिसने पाला आलम की छां उच्चा बोलो हैदर हैदर है जियो मुल्तान वाले जियो थोड़े अकीदे नूं सलाम ਤੁਹਾਡੇ ਸੁਣਨ ਨੂੰ ਸਲਾਮ ਮੇਰੇ ਪਾਸੇ ਵੇਖਿਆ ਏ ਲਾਈਨ ਤਾਂ ਜਿਹੜੀ ਵਜ਼ਨੀ ਏ ਉਹ ਮੈਂ ਹੁਣ ਅੱਗੇ ਸੁਣਨ ਲੱਗਾ ਪੂਰੀ ਤਵੱਜੋ ਦੇ ਨਾਲ ਮੇਰੀ ਜੰਨਤ मेरी माँ का हुसैन वारिस है बोले यार मां वास्ते बोले मामा जी बिस्मिल्लाह दोवे हाथ च आ गए हैदरी आयली आयली थोड़े क्या कहन थोड़े क्या कहन मसीम बाज मौला जी ने की दराज की ए बड़ी मकबूल मजलिस है तेरी मैं मौला दी कसम कसीदा तब्दील करना सी लेकिन नहीं तुसी बोले एडा सुनो मैं अगला शेर पढ़न लगा ਹੈ ਨਾ ਹੀ ਜਾਦਤ ਬਾਬ ਅੱਛਾ ਵਿੱਚ ਕੁਝ ਕੁਝ ਮੈਂ ਬਿਸ਼ਨ ਜੀ ਹੋ ਕਿਰਦਾਰ ਮੈਂ ਵਫਾ ਹੈ ਆਲਾ ਮਕਾਮ ਹੈ ਅਬਾਸੀ ਤੋ ਆਲਿਆ ਬਸ ਕਹਤੀ ਹੈ ਪਿਆਰ ਸੇ ਅਬਾਸ ਕਰਬਲਾ ਕੇ ਲਸ਼ਕਰ ਕਾ ਨਾਮ ਹੈ ਵਾਹ ਵਾਹ ਜੀ ਵੋ ਥੋੜੀ ਜਿਹੀ ਕਿਧਰ ਵਸਦੇ ਰਹੋ ਸਲਾਮਤ ਰਹੋ ਮੈਂ ਜੋ ਡਿੱਠਾ ਇੱਕ ਢੇਰ ਸਾਰੇ ਵਿੱਚ ਮਾਤਮੀ ਬੈਠੇ ਤੇ ਮੇਰਾ ਦਿਲ ਅਗਲਾ ਸ਼ੇਰ ਮੈਂ ਮਾਤਮੀਆਂ ਦਾ ਸੁਣਾਵਾਂ ਜ਼ੰਜੀਰ ਸਾਡਾ ਪਿੰਡਾ ਸਾਡਾ ਤਕਲੀਫ ਦੂਜੇ ਨੂੰ ਹਾਏ ਹਾਏ ਉਹ ਆਦਣ ਯਾਰ ਤੁਹਾਨੂੰ ਦਰਦ ਨਹੀਂ ਹੁੰਦੀ ਉਹ ਮੈਂ ਕਿ ਹੁਸੈਨ ਕਰੀਮ ਹੀ ਬੜਾ ਜ਼ੰਜੀਰ ਉਸ ਸਾਨੂੰ ਦਿੱਤਾ ਹੈ ਜਿਸਮ ਉਸ ਸਾਨੂੰ ਦਿੱਤਾ ਹੈ ਤਕਲੀਫ ਉਹਨੇ ਤੁਹਾਨੂੰ ਦੇ ਛੱਡੀ ਮੈਂ ਬਿਸਮਿਲ੍ਲਾ ਕਰਾਂ क्या वजह है इतने जंजीर चला के चौकां च मातम करके दसना की चाहते हो मैं क्या आतन दसा ये जो जंजीर चलाते हैं ये जो जंजीर देखे क्यों ते हैं खून देकर ही खून भड़ाते हैं हम जमा बताते हैं हाँ जिस्मो जा का हुसैन वारिस है थोड़ी जिंदगी दराज हुसैन वारिस अली तो सलाम मैं बिस्मिल्लाह मैं बिस्मिल्लाह अच्छा चलो थोड़ी जिंदगी दराज मैं उर्दू वाला कसीदा पढ़ के ना ਚੈੱਕ ਕੀਤਾ ਹੈ ਹੁਣ ਸਰੈਕੀ ਵਾਲਾ ਪੜ੍ਹੀਏ ਅਜੇ ਸਰੈ ਮੈਂ ਬਿਸਮਿਲ੍ਲਾ ਮੁਦੱਸਰ ਬਾਈ ਜੇ ਇਹਨਾਂ ਨੂੰ ਸਰੈਕੀ ਵਾਲਾ ਵੀ ਸਮਝ 'ਚ ਨਾ ਆਵੇ ਤਾਂ ਫਿਰ ਮੈਨੂੰ ਅੰਗਰੇਜ਼ੀ ਕਸੀਦੇ ਵੀ ਆਉਂਦੇ ਨੇ ਮੈਂ ਫਿਰ ਕੋਈ ਥੋੜ੍ਹਾ ਮੌਜੂ ਤਬਦੀਲ ਕਰਾਂਗਾ ਅੱਛਾ ਚਲੋ ਇੱਕ ਦਫ਼ਾ ਮੋਮਨ ਦਾ ਚਿਹਰਾ ਵੇਖਣਾ ਸਵਾਬ ਹੈ ਇੱਕ ਦਫ਼ਾ ਇੱਕ ਦੂਏ ਦਾ ਚਿਹਰਾ ਵੇਖੋ ਯਾਰ ਵੇਖੋ ਤਾਂ ਸਹੀ ਯਾਰ ਪਰੇਸ਼ਾਨ ਕਿਉਂ ਇੱਕ ਦੂਜੇ ਤੇ ਗਵਾਹ ਬਣਿਆ ਜਿਹੜਾ ਨਾ ਬੋਲਿਆ ਮੈਨੂੰ ਦੱਸਿਆ ਸਹੀ ਕਿ ਇਹ ਬੰਦਾ ਨਹੀਂ ਬੋਲਿਆ ਮੈਂ ਆਖਣਾ ਕਿਆ ਹੈ ਮੈਂ ਮੌਲਾ ਨੂੰ ਗਿਲਾ ਦੇਣਾ ਮੌਲਾ ਯਾਦ ਹੈ ਤੁਹਾਨੂੰ ਮੰਨਦਾ ਨਹੀਂ ਜਾਂ ਕਿਸੇ ਘਰ ਦੀ ਪਰੇਸ਼ਾਨੀ 'ਚ ਬੈਠਾ ਇਹਦੀ ਪਰੇਸ਼ਾਨੀ ਦੂਰ ਕਰੋ
तवज्जो करे आखे हैदर हैदर यो जिस ते सहन राजी है आखे हैदर हैदर यो जिस ते सहन राजी है आखे है एक दफा हाथ जाके ऊंचा बोलो हैदर हैदर है है जिसते सहन राजी है आखे है दर है दरियो जिसते सहन राजी है आखे है हर कोई ना खे माजरत नाल हर कोई ना खे फकत वो जी है आखे है दरियो जिसते सहन राजी है आखे है दर मुदसर भाई मैनू मिंबर दी कसम है मैं अगली लाइन पढ़ के मैं इन्हां कोलों दाद खो लेनी है जेद आले कोलों नहीं ओदे कोलों जिहदे इत्थे अली वसदा है ते जेड़ा ना बोल सकिया एक दफा मोंडा हिला के बाजू हिला के चेक करे क्या मैं हाजर बैठा सर चावे जिसते सहन राजी है आखे हाँ सहन राजी है उसते अल्लाह राजी जी देते हो सहन राजी है आए हाय आए हाय आए हाय जी वो हुसैन तो नवाज हुसैन वजदार ए हद किसे दे मोहताज थोड़ी जिंदगी दराज उस थोड़े क्या कहना थोड़ी माशाला चलो शुक्र इब्तदा सोहनी हो गई मैं बिस्मिल्लाह करा अगर कोई होर ही देना चाहे मैं किस समय कुछ नहीं आखांगा मैं बिस्मिल्लाह करा मैं बिस्मिल्लाह करा थोड़ी जिंदगी दराज जी वो हूँ राजी हो ना मैंने बड़ा मजबूर किया इन्हें आख्या जी मैं कराची अजा खान अजहरा सलाम उलाया जी मेरी का जलसा पढ़िया जी उवें पढ़ना ने इंजे आख्या जी मैं उवें पढ़ता पे हाँ सर जाके वेख्या मेरे पास उस ते अल्लाह राजी जी देते हुसैन राजी है यार बोलो तो सही हुसैन राजी है उस ते अल्लाह राजी जी देते उच्चा आखो यार उस ते अल्लाह राजी जी देते हुसैन राजी है लाहौर मैं न्याज बेग चो पढ़ के निकलिया अगे चौक तो एक रोड वैंदा है जीवो पे पहुंचना लियो तुहाडे क्या कहने ओ विंड नू जिथे राय बड़ी देंदे ओ मैनू एक बंदे राय दित्ती ओस अगे कदीर जगौरी जन्नत नहीं जाना मैं के जाना है ओस अगे टेंशन मैं के कोई नहीं मेरे इत्थे तक एक जुमला आ गया इजाजत होवे तो सुना देवां वसीम भाई मुदसर भाई मैं जिहड़ी ओहदी हालत वेखी ना मैं बयान लगा करन वेखे मेरे पास कुछ समान इत्थे कुछ सीने नाल एक हाथ च सिलेंडर वो सिलेंडर याद हो ना सिलेंडर गैस वाला चूल्हा एक हाथ च बर्तन मैं के खैर है कोई छे सात महीने का प्रोग्राम कहते नहीं दो त्रै दिन का मैं के इस सिलेंडर बर्तन कादे वास्ते आ यार भुखियां तो नहीं मरना ओ मैं के यार इतराज ना कीता कर मैं तेनू दावत पिया देना हुसैन दी मजलस च आवी एक दिन दी मजलस ही होंदी या दो दिन दी त्रै दिन दी अशरा मुहर्रम ही होंदा ही मैं के मैनू कोई एक मोमन भी खावी जेड़ा घरों रोटी चा के आया हो हाय 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 क्योंकि इन्हां दा हुसैन वारस है यार ओ थोड़ी जी नींद दोवें हाथ जा के हैदरी क्यों उस ते अल्लाह राजी जी देते हुसैन राजी है सर चाह के मेरे पास वेख्या उस आख्या रोटी वाला मसला तो क्लियर हो गया ते जिहड़ा मेन पॉइंट जन्नत वाला ओहदा की करिए मैं कि तेनू टेंशन एदा मैनू ते है मैं कह ला दे मेरे कोल आ तेरी जन्नत दा मैं जामिन आंदा तू किवें मैनू मौला दी कसम है वसीम भाई तेरे मजमे च अगर एक बंदा भी ना बोलिया ना मेरा हां दुखेगा सर छा के वेख्या है आंदा तू किवें जामिन है तू किवें जामिन है मैं क्या मेरे करीबा दो कम करने नी आंदा केड़ा केड़ा मैं क्या आ तेनू दसा मन लै अली नू जे तू बंदा है हलाल दा जन्नत पुछाना सौखा कम है ओदे लाल दा उच्चा बोलो हैदर हैदर है मैं बिस्मिल्लाह
थोड़ी जिंदगी दराज, थोड़ी जिंदगी दराज। हुसैन वजदा रखे मेरे पास वेख्या है पूरी तवज्जो दे नाल। मैं के दो काम करने नहीं आता, केड़ा केड़ा? मैं के आ तेनू दसा, मन ले अली नू जे तू बंदा है हलाल दा जन्नत पुजाना सौखा कम है ओ दे लाल दा। मन ले अली नू जे तू बंदा है हलाल दा हो जन्नत पुजाना सौखा कम है ओ दे लाल दा। लाल गाजी दा आलम होशी एन राजी है, लाल गाजी दा आलम क्यों राजी है उस ते अल्लाह राजी जी दे ते हुसैन राजी है। हाय 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 हाय, मेरा मौला हद किसे दे मोहताज ना होवे। मैं बिस्मिल्लाह थोड़ी दिन की दराज सलामत रहो। मेरे पास वेख्या है पूरी तवज्जो दे नाल। जे शेर दी खातर मैं कसीदा शुरू कीता है ओ तो मैं हुण पढ़न लगा। ਉਹ ਜਿਹੜੀਆਂ ਮੈਂ ਉਹਦੇ ਨਾਲ ਪਹਿਲਾਂ ਗੱਲਾਂ ਕੀਤੀਆਂ ਉਸ ਇੱਕ ਗੱਲ ਹੋਰ ਕੀਤੀ। ਮੈਨੂੰ ਆਂਹਦਾ ਕਦੀਰ ਰਜ਼ਾ ਗੌਰੀ, ਮੈਂ ਕਿਹਾ ਖੈਰ ਹੈ? ਆਂਹਦਾ ਯਾਰ ਮੈਨੂੰ ਇੱਕ ਗੱਲ ਦਾ ਜਵਾਬ ਤਾਂ ਦੇ। ਮੈਂ ਕਿਹਾ ਪੁੱਛ। ਆਂਹਦਾ ਯਾਰ ਤੋਂ ਖੁਸ਼ੀਆਂ ਕੋ ਇਹ ਤੁਹਾਡੀਆਂ ਮਜਲਸੀ ਬੰਦ ਕਰਵੇਂਦੇ ਨੇ, ਇਹ ਤੁਹਾਡੇ ਰਾਹ ਹੀ ਰੋਕਦੇ ਨੇ, ਜਲੂਸ ਹੀ ਬੰਦ ਕਰੇਂਦੇ ਨੇ। ਮੈਨੂੰ ਇਹ ਦੱਸ ਤੁਸਾਂ ਇਹਨਾਂ ਨੂੰ ਆਹਦੇ ਹੀ ਕੁਝ ਨਹੀਂ ਰੁਕਦੇ ਹੀ ਨਹੀਂ। ਹਾਏ 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 ਯਾਰ ਸਰ ਚਾਵੇ ਯਾਰ ਤੁਹਾਡੀ ਜ਼ਿੰਦਗੀ ਦਰਾਜ ਆਧੇ ਹੀ ਕੁਝ ਨਹੀਂ ਰੁਕਦੇ ਹੀ ਨਹੀਂ, ਵਜ੍ਹਾ ਕਿਹੜੀ ਏ? ਮੈਂ ਕਿ ਮੇਰੇ ਕਰੀਬਾ ਇਹਦੀ ਇੱਕ ਵਜ੍ਹਾ ਏ। ਮੈਨੂੰ ਮੌਲਾ ਦੇ ਮੈਂਬਰ ਦੀ ਕਸਮ ਏ, ਕੱਛੀ ਕੋਟਲਾ ਹਾਜੀ ਸਾਹਿਬ ਪੂਰੀ ਕੱਛੀ ਚ ਇਸਲਾਮਾਬਾਦ ਲਾਹੌਰ ਜਿੱਥੇ ਜਿੱਥੇ ਮੈਂ ਲਾਈਨ ਪੜ੍ਹੀ ਲੱਖਾਂ ਹਜ਼ਾਰਾਂ ਦਾ ਮਜਮਾ ਹੀ ਪੈਰਾਂ 'ਤੇ ਉੱਠ ਕੇ ਖੜ੍ਹਾ ਹੋ ਗਿਆ। ਮੈਨੂੰ ਨਹੀਂ ਪਤਾ ਮੁਲਤਾਨ ਵਾਲਿਓ ਤੁਸਾਂ ਕਿਵੇਂ ਇਸਤਕਬਾਲ ਕਰੇ ਸੋ, ਅੱਧ ਤੁਸਾਂ ਅੱਧੇ ਵੀ ਕੁਝ ਨਹੀਂ ਰੁਕਦੇ ਵੀ ਨਹੀਂ ਰੁਕਦੇ ਯਾਰ ਵੇਖੇ ਮੇਰੇ ਪਾਸੇ ਰੁਕਦੇ ਵੀ ਨਹੀਂ, ਵਜ੍ਹਾ ਕਿਹੜੀ ਏ? ਮੈਂ ਕਿ ਮੇਰੇ ਕਰੀਬਾ ਇਹਦੀ ਇੱਕ ਵਜ੍ਹਾ ਏ, ਇਹਦੀ ਇੱਕ ਵਜ੍ਹਾ ਏ, ਅੱਧ ਕਿਹੜੀ ਵਜ੍ਹਾ? ਮੈਂ ਕਿਹਾ ਆ ਤੈਨੂੰ ਦੱਸਾਂ, ਸਾਨੂੰ ਆਜ਼ਾਦਾਰੀ ਨਾਲ ਬੜਾ ਹੀ ਪਿਆਰ ਏ, ਆਵੇ ਮੌਲਾ ਮਾਦੀ ਬਸ ਉਹਦਾ ਇੰਤਜ਼ਾਰ ਏ। ਆਏ ਹਾਏ ਆਏ ਹਾਏ ਆਏ ਹਾਏ, ਤੁਹਾਡੀ ਜ਼ਿੰਦਗੀ ਦਰਾਂ ਵਸ ਦਿਲ ਸਲਾਮਤ ਹੁਸੈਨ ਤੁਹਾਨੂੰ ਇਸ ਦਿਨ ਆ ਨਗਰੀ ਗਈ ਬਦਮਾਸ਼ਾਂ ਦੀ ਹਾਏ ਜ਼ਰੂਰ ਕਰੇ ਤੇ ਜਿੱਥੇ ਆਉਂਦੇ ਨਹੀਂ ਸ਼ੁਰਫਾਏ ਹੋ ਜਡਾਂ ਜ਼ੈਨਬ ਸ਼ਾਮ ਚ ਦਾਖਲ ਥਈ ਨਹੀਂ ਲੱਭਦੀ ਟੁਰਨ ਦੇ ਜੀ ਮਾਤਮ ਤਾਂ ਕਰੋ ਯਾਰ ਤੁਹਾਡੇ ਮਜ਼ਹਬ ਵਿੱਚ ਜਾਇਜ਼ ਹੈ ਮੈਂ ਬੇਸ਼ੱਕ ਲੱਖ ਦਫਾ ਲੱਖ ਦਫਾ ਬਜ਼ੁਰਗ ਹੱਥ ਨਾ ਜੋੜ ਅਲੀ ਤੁਹਾਨੂੰ ਮਸਦਰ ਨਗਰੀ ਗਈ ਬਦਮਾਸ਼ਾਂ ਦੀ ਹੋ ਤੇ ਜਿੱਥੇ ਆਉਂਦੇ ਨਹੀਂ ਸ਼ੁਰਫਾਏ ਹੋ ਜਡਾਂ ਜ਼ੈਨਬ ਸ਼ਾਮ ਚ ਦਾਖਲ ਥਈ ਨਹੀਂ ਲੱਭਦੀ ਟੁਰਨ ਦੇ ਟੁਰਨ ਦੀ ਜਾਏ ਓ ਅਜਾਂ ਪਹਿਲਾ ਮੋੜ ਅਬੂਰ ਨਹੀਂ ਕੀਤਾ ਵੋ ਥਈਏ ਜ਼ਖਮੀ ਆਉਣ ਦੇ ਆਦੀਏ ਹਯਾ ਕਰਵਾ ਮੈਂ ਤੁਹਾਡੇ ਨਬੀ ਦੀ ਨਵਾਸੀਆਂ ਮਾਤਮ ਮਾਤਮੀ ਨੂੰ ਸੋਹਣਾ ਲੱਗਦਾ ਯਾਰ ਤੁਹਾਡੀ ਜ਼ਿੰਦਗੀ ਦਰਾ ਦੋ ਬਿਸਮਿਲਾ 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 ਬੜੀ ਸੋਹਣੀ ਤਵੱਜੋ ਮੈਂ ਬਾਬਾ ਨੌਕਰਾਂ ਲੱਖ ਦਫਾ ਦਾਂ ਮੈਂ ਬਿਸਮਿਲਾ ਕਰਾਂ ਬਜ਼ੁਰਗ ਵੇ ਹੱਥ ਨਾਲ ਜੋੜਿਆ ਮੇਰੇ ਪਾਸ ਦੇਖਿਆ ਏ ਆਦਾ ਪੀਆਂ ਜਾਫਰ ਤਿਆਰ ਅਲੀ ਬਣ ਗਈ ਹਾਏ ਆਦੇ ਖਬਾਸ ਫਿਰਾਏ ਉਹ ਅਜਾਂ ਪਹਿਲਾ ਮੋੜ ਅਬੂਰ ਨਹੀਂ ਕੀਤਾ ਵੋ ਥਈਏ ਜ਼ਖਮੀ ਆਉਣ ਦੇ
ਆਦੀ ਮੈਂ ਅਲੀ ਦੀ ਧੀਆਂ ਮੈਂ ਅਬਾਸ ਦੀ ਭੈਣਾ ਮੈਂ ਸੈਯਦਜ਼ਾਦੀਆਂ ਮਾਤਮ ਮਾਤਮ ਸੋਹਣਾ ਲੱਗਦਾ ਯਾਰ ਮੈਂ ਬਿਸਮਿਲਾ ਕਰਾਂ ਮੁਲਤਾਨ ਵਾਲਿਓ ਮੇਰੇ ਪਾਸੇ ਵੇਖਿਆ ਏ ਸ਼ਾਮ ਦਾ ਬਾਜ਼ਾਰ ਏ ਯਾਰ ਮੈਂ ਸੌਖਾ ਕੇ ਦੱਸਾਂ ਸੌਖਾ ਸੁਣ ਲਿਆ ਢੋਲ ਪੇ ਵੱਜਦੇ ਤਬਲ ਪੇ ਵੱਜਦੇ ਕਮੀਨੇ ਨੱਚਦੇ ਪਏ ਹਰ ਕੋਈ ਪਿਆ ਧਏ ਓ ਵੇਖੋ ਬਾਗੀ ਦੀਆਂ ਭੇਣੀ ਆ ਗਈਆਂ ਮੁਲਤਾਨ ਵਾਲਿਓ ਮਿੰਬਰ ਦੀ ਕਸਮ ਏ ਯਜ਼ੀਦ ਦੀ ਧੀ ਰਮਲਾ ਕਨੀਜ਼ਾਂ ਨੂੰ ਨਾਲ ਗਿਣ ਕੇ ਬਾਜ਼ਾਰ ਦੇ ਵਿੱਚ ਆਈਏ ਟੁਰਦੀ ਟੁਰਦੀ ਉੱਥੇ ਆਈਏ ਜਿੱਥੇ ਤੁਹਾਡੇ ਤੇ ਮੇਰੇ ਪੀਰ ਹੁਸੈਨ ਦੀ ਧੀ ਰੱਸੀਆਂ 'ਚ ਕੈਦ ਆਈ ਸ਼ਾਬਾਸ਼ ਸ਼ਾਬਾਸ਼ ਹਾਏ ਕਰਕੇ ਰੋਵਿਆ ਕਰੋ ਨਾ ਰੱਸੀਆਂ 'ਚ ਕੈਦ ਆਈ ਆ ਕੇ ਮੂੰਹ ਵੇਖਣ ਲੱਗੀਏ ਮੇਰੀ ਸੈਣ ਨੇ ਮੂੰਹ ਫੇਰ ਲਿਆ ਏ ਵੱਤ ਦੂਜੇ ਪਾਸੋਂ ਮੂੰਹ ਵੇਖਣ ਲੱਗੀਏ ਮੇਰੀ ਸੈਣ ਨੇ ਮੂੰਹ ਫੇਰ ਲਿਆ ਏ ਇਸ ਆਪਣੀ ਤੋਹੀਨ ਮਹਿਸੂਸ ਕੀਤੀ ਏ ਇਵੇਂ ਚੋਲਾ ਨੱਪ ਕੇ ਆ ਦੀਏ ਛੋਟੀ ਕੈਦਣ ਇਹ ਦੱਸਾ ਤੂੰ ਕਿਹੜੇ ਰਈਸ ਦੀ ਧੀ ਏ ਹੋ ਮੈਂ ਤੇਰਾ ਮੂੰਹ ਵੇ ਧੀਆਂ ਮੈਨੂੰ ਮੂੰਹ ਨਹੀਂ ਵੇਖ ਸ਼ਰਮ ਨਾ ਕਰਕੇ ਰੋਵੇ ਯਾਰ ਅਲੀ ਦੀਆਂ ਧੀਆਂ ਤੁਹਾਡੀ ਮੁਕਾਨ ਕਬੂਲ ਕਰਨ ਯਾਰ ਮੈਂ ਬਿਸਮਿਲ੍ਲਾ ਕਰਾਂ ਬੀਬੀ ਆਦੀ ਮੈਂ ਉਹਦੀ ਧੀਆਂ ਜਿਹੜਾ ਜਬਰੀਲ ਦੇ ਪਰਾਂ ਤੇ ਸਮਦਾ ਮੈਂ ਬਿਸਮਿਲ੍ਲਾ ਕਰਾਂ ਮੇਰੇ ਪਾਸੇ ਵੇਖਿਆ ਏ ਪੂਰੀ ਤਵੱਜੋ ਕਰਿਆ ਏ ਜਿਹੜੇ ਵੇਲੇ ਰਮਲਾ ਗੌਰ ਨਾਲ ਡਿੱਠਾ ਏ ਆਦੀ ਛੋਟੀ ਕੈਦਣ ਮੈਂ ਕਾਫੀ ਦੇਰ ਦੀ ਵੇਦੀ ਪਈ ਆਂ ਤੂੰ ਕਹਿ ਵੇਲੇ ਪੱਬਾਂ ਦੇ ਬਾਹਰ ਉੱਠੀ ਨੀ ਏ ਕਹਿ ਵੇਲੇ ਸਿੱਧੀ ਹੋਣੀ ਏ ਅੱਲਾ ਦਾ ਨਾ ਏ ਮੈਨੂੰ ਇਹ ਦੱਸਾ ਇਵੇਂ ਕਿਉਂ ਕਰੇ ਨੀ ਏ ਮਖਦੂਮਾ ਉੱਚਾ ਰੁੰਨੀ ਏ ਰਮਲਾ ਦੇ ਪਾਸੇ ਵੇਖ ਕੇ ਆਦੀ ਏ ਤਕਦੀਰ ਦੀ ਮਾਰੀ ਇੱਕ ਮੰਜ਼ਲ ਤੇ ਹੋ ਮੈਂ ਕਾਫਲੇ ਚੋਂ ਰਹਿ ਗਈਆਂ ਹੋ ਮੈਂ ਯਤੀਮ ਜੋ ਹਮ ਮੈਨੂੰ ਘੋਲਣ ਕੀਤੇ ਮੇਰੀਆਂ ਪੁੱਠੀਆਂ ਵੇਲੇ ਜੀ ਜੀ ਸੁਣ ਸੋ ਸੁਣ ਸੋ ਬੀਬੀ ਆਦੀ ਏ ਸਹਿਜਾਦ ਕੋ ਮਿਲਣ ਤੋਂ ਕੁਝ ਪਹਿਲਾਂ ਹਾਏ ਮੈਂ ਸ਼ਿਮਾਰ ਕੁੰਜੋ ਲੱਭ ਗਈਆਂ ਹੋ ਮੈਂ ਕੋ ਘੋੜਿਆਂ ਨਾਲ ਭਜੇਂਦਾ ਰੇ ਆਏ ਮੇਰੀਆਂ ਜ਼ਖਮੀ ਤਲੀਆਂ ਹੋ ਰਮਲਾ ਮੇਰੇ ਪੈਰ ਜ਼ਖਮੀ ਮਾਤਮ ਜੀ 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 ਬਿਸਮਿਲ੍ਲਾ ਜੀ ਬਿਸਮਿਲ੍ਲਾ ਜੀ ਬਿਸਮਿਲ੍ਲਾ ਜੀ ਬਿਸਮਿਲ੍ਲਾ ਮੈਂ ਨਾ ਕਰਾਂ ਭਾਈ ਨੇ ਆਖਿਆ ਵੱਲ ਫੜ ਚਾ ਮੈਂ ਇਹਦੀ ਜਾ ਤੇ ਅਗਲਾ ਬੰਦ ਪੜਨਾ ਅੱਲਾ ਦਾ ਨਾ ਮੇਰੇ ਪਾਸ ਦੇਖਿਆ ਏ ਰਮਲਾ ਗੌਰ ਨਾਲ ਵੇਖਿਆ ਦੀ ਛੋਟੀ ਕੈਦਣ ਅੱਲਾ ਦਾ ਨਾ ਮੈਨੂੰ ਇਹ ਦੱਸਾ ਤੇਰੇ ਕੰਨਾਂ 'ਚੋਂ ਖੂਨ ਕਿਉਂ ਪਿਆ ਵਹਿੰਦਾ ਏ ਉਸ ਵੇਲੇ ਮੇਰੀ ਸੈਣ ਉੱਚਾ ਰੁੰਨੀ ਏ ਰਮਲਾ ਦੇ ਪਾਸੇ ਵੇਖ ਕੇ ਆਧੀਏ ਅਲੀ ਅਕਬਰ ਦੀ ਹੋ ਜਾਗੀਰ 'ਚ ਰਮਲਾ ਮੈਨੂੰ ਸਿਮਰ ਤਮਾ